ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸ਼ਾਲੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੋ ਜੀ, ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਸਿੱਧੂ ਮੂਸੇਵਾਲਾ ਦੇ ਬਾਰੇ। ਤੁਹਾਨੂੰ ਪਤਾ ਹੀ ਕਿ ਸਿੱਧੂ ਮੂਸੇਵਾਲਾ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਰਹੇ ਨੇ। ਸਿੱਧੂ ਮੂਸੇਵਾਲਾ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲਾ ਆਪਣੀ ਕੰਟਰੋਵਰਸੀ ਨੂੰ ਲੈ ਕੇ ਚਰਚਾ ਦੇ ਵਿੱਚ ਜ਼ਿਆਦਾਤਰ ਰਹਿੰਦੇ ਨੇ, ਪਰ ਜੇਕਰ ਬਾਲੀਵੁੱਡ ਤੋਂ ਇਲਾਵਾ ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਬਾਲੀਵੁੱਡ ਇੰਡਸਟਰੀ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਇੱਕ ਬਹੁਤ ਵੱਡੇ ਫੈਨ ਨੇ, ਯਾਨੀ ਮੈਂ ਗੱਲ ਕਰ ਰਹੀ ਹਾਂ ਰਣਵੀਰ ਸਿੰਘ ਦੀ। ਭਾਵੇਂ ਪੂਰੀ ਬਾਲੀਵੁੱਡ ਇੰਡਸਟਰੀ ਰਣਵੀਰ ਸਿੰਘ ਦੀ ਫੈਨ ਹੈ, ਪਰ ਰਣਵੀਰ ਸਿੰਘ ਫੈਨ ਨੇ ਸਿੱਧੂ ਮੂਸੇਵਾਲਾ ਦੇ, ਜੋ ਕਿ ਕਾਫੀ ਵਾਰ ਸਿੱਧੂ ਮੂਸੇਵਾਲਾ ਦੇ ਲਾਈਵ ਦੇ ਦੌਰਾਨ ਲਾਈਵ ਹੋ ਕੇ ਉਹਨਾਂ ਨੂੰ ਕਾਫੀ ਜ਼ਿਆਦਾ ਕਮੈਂਟਸ ਵੀ ਕਰ ਚੁੱਕੇ ਨੇ ਅਤੇ ਸਿੱਧੂ ਮੂਸੇਵਾਲਾ ਦੇ ਗੀਤ ਲਗਾ ਕੇ ਕਾਫੀ ਵਾਰ ਉਹਨਾਂ ਨੂੰ ਕਾਫੀ ਹੌਸਲੇ ਵੀ ਦੇ ਚੁੱਕੇ ਨੇ। ਪਰ ਹੁਣ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਫੈਨ ਨਜ਼ਰ ਆ ਰਿਹਾ ਬਾਲੀਵੁੱਡ ਦੇ ਵਿੱਚੋਂ। ਮੈਂ ਗੱਲ ਕਰ ਰਹੀ ਹਾਂ ਆਸਿਮ ਰਿਆਜ਼ ਦੀ। ਜੀ ਹਾਂ, ਆਸਿਮ ਰਿਆਜ਼ ਦੀ ਗੱਲ ਕੀਤੀ ਜਾਵੇ ਤਾਂ ਬਿਗ ਬੌਸ ਦੇ ਘਰ ਦੇ ਵਿੱਚੋਂ ਆਉਣ ਤੋਂ ਬਾਅਦ ਆਸਿਮ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹੇ ਅਤੇ ਜੇਕਰ ਸਿਧਾਰਥ ਸ਼ੁਕਲਾ ਦੀ ਗੱਲ ਵੀ ਕੀਤੀ ਜਾਵੇ, ਭਾਵੇਂ ਸਿਧਾਰਥ ਸ਼ੁਕਲਾ ਵਿਨਰ ਬਣੇ ਸਨ, ਪਰ ਸਭ ਨੂੰ ਇਹ ਸੀ ਕਿ ਆਸਿਮ ਰਿਆਜ਼ ਨੂੰ ਵਿਨਰ ਬਣਨਾ ਚਾਹੀਦਾ ਸੀ। ਚਲੋ ਖੈਰ, ਹੁਣ ਆਪਾਂ ਆਉਂਦੇ ਹਾਂ ਮੇਨ ਮੁੱਦੇ ਦੇ ਉੱਤੇ। ਸਿੱਧੂ ਮੂਸੇਵਾਲਾ ਅਤੇ ਆਸਿਮ ਰਿਆਜ਼ ਦੋਨੋਂ ਜਣੇ ਹੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਨੇ, ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਾਲੀਵੁੱਡ ਦੇ ਕਾਫੀ ਸਟਾਰ ਬਾਲੀਵੁੱਡ ਦੇ ਸਟਾਰ ਯਾਨੀ ਸਿੱਧੂ ਮੂਸੇਵਾਲਾ ਦੇ ਫੈਨ ਨੇ, ਉਵੇਂ ਹੀ ਆਸਿਮ ਰਿਆਜ਼ ਵੀ ਹੁਣ ਸਿੱਧੂ ਮੂਸੇਵਾਲਾ ਦੇ ਫੈਨ ਲੱਗਦੇ ਨਜ਼ਰ ਆ ਰਹੇ ਨੇ, ਕਿਉਂਕਿ ਆਸਿਮ ਰਿਆਜ਼ ਸਿੱਧੂ ਮੂਸੇਵਾਲਾ ਦਾ ਗੀਤ ਲਾ ਕੇ ਕਾਫੀ ਜ਼ਿਆਦਾ ਇੰਜੋਏ ਕਰਦੇ ਨਜ਼ਰ ਆ ਰਹੇ ਨੇ। ਜੀ ਹਾਂ, ਵੀਡੀਓ ਤੋਂ ਬਾਅਦ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਸਿੱਧੂ ਮੂਸੇਵਾਲੇ ਦਾ ਗੀਤ ਚੱਲ ਰਿਹਾ ਗੱਡੀ ਦੇ ਵਿੱਚ ਓਲਡ ਸਕੂਲ, ਅਤੇ ਉਸ ਤੋਂ ਬਾਅਦ ਆਸਿਮ ਰਿਆਜ਼ ਸਿੱਧੂ ਮੂਸੇਵਾਲੇ ਦੇ ਇਸ ਗੀਤ ਨੂੰ ਕਾਫੀ ਜ਼ਿਆਦਾ ਇੰਜੋਏ ਕਰ ਰਹੇ ਨੇ ਅਤੇ ਆਸਿਮ ਦੇ ਨਾਲ ਨਜ਼ਰ ਆ ਰਹੇ ਨੇ ਹਿਮਾਂਸ਼ੀ ਖੁਰਾਨਾ। ਯਾਨੀ ਇਹ ਕਿਹਾ ਜਾ ਸਕਦਾ ਹੈ ਕਿ ਆਸਿਮ ਰਿਆਜ਼ ਵੀ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਪਸੰਦ ਕਰਦੇ ਨੇ। ਬਾਕੀ ਜੋ ਵੀ ਹੈ, ਸਿੱਧੂ ਮੂਸੇਵਾਲਾ ਕੰਟਰੋਵਰਸੀ ਦੇ ਵਿੱਚ ਤਾਂ ਰਹਿੰਦੇ ਹੀ ਰਹਿੰਦੇ ਨੇ, ਪਰ ਉਹਨਾਂ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਅਤੇ ਸਿੱਧੂ ਮੂਸੇਵਾਲਾ ਦੀ ਫੈਨ ਫੋਲੋਇੰਗ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਹੈ। ਤੁਸੀਂ ਆਪਣੇ ਵੱਲੋਂ ਸਿੱਧੂ ਮੂਸੇਵਾਲਾ ਅਤੇ ਆਸਿਮ ਰਿਆਜ਼ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਅਤੇ ਹੁਣ ਮੈਂ ਚੱਲਦੀ ਹਾਂ ਅਗਲੀ ਵਾਰ ਆਵਾਂਗੀ ਇੱਕ ਨਵੀਂ ਨਿਊਜ਼ ਦੇ ਨਾਲ। ਉਦੋਂ ਤੱਕ ਤੁਸੀਂ ਕਿਤੇ ਨਹੀਂ ਜਾਣਾ, ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ।